ਦਿੱਲੀ ਜਲ ਸੰਕਟ ਵਿਚਾਲੇ SGPC ਵੱਲੋਂ SYL ਦਾ ਮੁੱਦਾ ਚੱਕਿਆ ਗਿਆ। SGPC ਨੇ ਸਾਰੀਆਂ ਸਿਆਸੀ ਪਾਰਟੀਆਂ ਤੇ ਸਵਾਲ ਚੱਕੇ। ਉਹਨਾਂ ਕਿਹਾ ਕਿ ਭੁੱਖ ਹੜਤਾਲ ਤੇ ਬੈਠੇ ਆਤਿਸ਼ੀ ਦਾ ਪੰਜਾਬ ਵੱਲ ਇਸ਼ਾਰਾ ਹੈ। ਹਰਿਆਣਾ ਦੇ CM ਵੀ SYL ਦੀ ਗੱਲ ਕਰ ਰਹੇ ਨੇ। ਪੰਜਾਬ ਦੇ ਪਾਣੀ ਦੇ ਮੁੱਦੇ ਤੇ ਸਾਰੇ ਇੱਕ ਸੁਰ ਨਜ਼ਰ ਆ ਰਹੇ ਨੇ ਤੇ ਅਕਾਲੀ ਦਲ ਵੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਕੇਂਦਰ ਵੱਲੋਂ ਕੱਢੀਆਂ ਗਈਆਂ ਬਾਕੀ ਨਹਿਰਾਂ ਦੀ ਕੋਈ ਗੱਲ ਨਹੀਂ ਕਰ। ਯੋਗਾ ਗਰਲ ਨੂੰ ਲੈ ਕੇ ਵੀ SGPC ਦਾ ਵੱਡਾ ਬਿਆਨ ਸਾਹਮਣੇ ਆਇਆ। ਗੁਰਚਰਨ ਗਰੇਵਾਲ ਦਾ ਕਹਿਣਾ ਹੈ ਕਿ ਅਰਚਨਾ ਵੱਲੋਂ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਰੇਪ ਦੀ ਧਮਕੀ ਦੇਣ ਦੇ ਕਿਹਾ ਹੈ ਕਿ ਕੋਈ ਸਿੱਖ ਅਜਿਹੀ ਧਮਕੀ ਕਦੇ ਨਹੀਂ ਦੇ ਸਕਦਾ ਤੇ ਜੋ ਅਜਿਹਾ ਕਰ ਰਹੇ ਨੇ ਉਹਨਾਂ ਖਿਲਾਫ਼ ਸ਼ਿਕਾਇਤ ਹੋਣੀ ਚਾਹੀਦੀ ਹੈ। ਉੱਥੇ ਹੀ ਗਰੇਵਾਲ ਬੋਲੇ ਕਿ ਅਰਚਨਾ ਮੱਥਾ ਟੇਕਣ ਨਹੀਂ ਸਿਰਫ ਫੋਟੋ ਖਿਚਾਉਣਾ। ਚੰਡੀਗੜ੍ਹ ਦੇ ਐਲਾਂਟੇ ਮਾਲ 'ਚ ਇੱਕ ਵੱਡਾ ਹਾਦਸਾ ਵਾਪਰਿਆ। ਟੋਏ ਟ੍ਰੇਨ ਤੋਂ ਡਿੱਗ ਕੇ 11 ਸਾਲ ਦੇ ਬੱਚੇ ਦੀ ਮੌਤ ਹੋ ਗਈ। ਮੋੜ ਕੱਟਣ ਵੇਲੇ ਟੋਏ ਟ੍ਰੇਨ ਦਾ ਆਖਰੀ ਡੱਬਾ ਪਲਟ ਗਿਆ ਜਿਸ ਕਾਰਨ ਡੱਬੇ 'ਚ ਬੈਠੇ ਸ਼ਹਿਬਾਜ਼ ਦੇ ਸਿਰ 'ਤੇ ਗੰਭੀਰ ਸੱਟ ਲੱਗੀ। ਹਸਪਤਾਲ 'ਚ ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ। ਨਵਾਂ ਸ਼ਹਿਰ ਤੋਂ ਪਰਿਵਾਰ ਚੰਡੀਗੜ੍ਹ ਆਇਆ ਸੀ। CCTV ਤਸਵੀਰਾਂ ਦੇ ਵਿੱਚ ਬੱਚਾ ਡੱਬੇ 'ਤੇ ਲਟਕਦਾ ਦਿਖਾਈ ਦੇ ਰਿਹਾ ਔਰ ਬੱਚੇ ਦੇ ਬਾਹਰ ਲਟਕਣ ਕਰਕੇ ਹੀ ਟ੍ਰੇਨ ਦੇ ਆਖਰੀ ਡੱਬੇ ਦਾ ਸੰਤੁਲਨ ਵਿਗੜਿਆ ਅਤੇ ਉਹ ਡੱਬਾ ਪਲਟ ਗਿਆ। ਬੱਚੇ ਦੇ ਸਿਰ 'ਚ ਸੱਟ ਵੱਜੀ ਅਤੇ ਉਸਦੀ ਮੌਤ ਹੋ ਗਈ। ਪੁਲਿਸ ਨੇ ਟੋਏ ਟ੍ਰੇਨ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ। ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਕੈਦੀਆਂ ਵੱਲੋਂ ਹੰਗਾਮਾ ਕੀਤਾ ਗਿਆ। ਜੇਲ੍ਹ ਪ੍ਰਸ਼ਾਸਨ 'ਤੇ ਅਣਗਹਿਲੀ ਦੇ ਇਲਜ਼ਾਮ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ਜਾਣਕਾਰੀ ਮੁਤਾਬਕ ਜੇਲ੍ਹ 'ਚ ਇੱਕ ਕੈਦੀ ਦੀ ਮੌਤ ਹੋ ਗਈ। ਅਚਾਨਕ ਇੱਕ ਕੈਦੀ ਦੀ ਤਬੀਅਤ ਵਿਗੜੀ ਅਤੇ ਡਾਕਟਰੀ ਦੇਖਭਾਲ ਨਾ ਮਿਲਣ 'ਤੇ ਉਸਦੀ ਮੌਤ ਹੋ ਗਈ, ਜਿਸ ਤੋਂ ਗੁੱਸੇ 'ਚ ਆਏ ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ਖਿਲਾਫ਼ ਜੰਮ ਕੇ ਹੰਗਾਮਾ ਕੀਤਾ। ਪ੍ਰਸ਼ਾਸਨ ਵੱਲੋਂ ਸਥਿਤੀ 'ਤੇ ਕਾਬੂ ਪਾਉਣ ਲਈ ਵਾਧੂ ਸੁਰੱਖਿਆ ਕਰਮੀਆਂ ਦੀ ਤੈਨਾਤੀ ਕੀਤੀ ਗਈ। ਹਾਲਾਂਕਿ ਜੇਲ੍ਹ ਸੁਪਰਡੈਂਟ ਦਾ ਕਹਿਣਾ ਹੈ ਕਿ ਕੈਦੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪੰਚਕੂਲਾ ਦੇ ਸੈਕਟਰ 20 'ਚ GH-52 'ਚ ਮੁਲਜ਼ਮ ਨੂੰ ਫੜਨ ਗਈ ਦਿੱਲੀ ਦੀ ਪੁਲਿਸ ਟੀਮ 'ਤੇ ਹਮਲਾ ਹੋ ਗਿਆ। ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁਲਿਸ ਕਰਮੀਆਂ ਦੀ ਕੁੱਟਮਾਰ ਕੀਤੀ। ਇਸ ਦੌਰਾਨ ਪੁਲਿਸ ਕਰਮੀ ਨੇ ਬਚਾਅ 'ਚ ਇੱਕ ਵਿਅਕਤੀ ਦੇ ਪੈਰ 'ਤੇ ਗੋਲੀ ਮਾਰ ਦਿੱਤੀ। ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। 4 ਲੋਕ ਮੌਕੇ ਤੋਂ ਫਰਾਰ ਹੋ ਗਏ। ਉੱਥੇ ਹੀ ਕੁੱਟਮਾਰ 'ਚ 2 ਪੁਲਿਸ ਕਰਮੀ ਵੀ ਜ਼ਖਮੀ। ਅਮਰੀਕਾ ਦੇ ਟੈਕਸਾਸ 'ਚ ਭਾਰਤੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਬਦਮਾਸ਼ਾਂ ਨੇ ਇੱਕ ਗਰੋਸਰੀ ਸਟੋਰ 'ਤੇ ਫਾਇਰਿੰਗ ਕੀਤੀ ਜਿਸ 'ਚ ਆਂਧਰਾ ਪ੍ਰਦੇਸ਼ ਦੇ ਬਾਗਟਲਾ ਦੇ ਵਾਸੀ ਗੋਪੀ ਕ੍ਰਿਸ਼ਨ ਸਮੇਤ 4 ਲੋਕਾਂ ਦੀ ਮੌਤ ਹੋ ਗਈ। 8 ਮਹੀਨੇ ਪਹਿਲਾਂ ਹੀ ਗੋਪੀ ਕ੍ਰਿਸ਼ਨ ਅਮਰੀਕਾ ਗਿਆ ਸੀ ਅਤੇ ਗਰੋਸਰੀ ਸਟੋਰ 'ਚ ਕੰਮ ਕਰਦਾ ਸੀ। ਮ੍ਰਿਤਕ ਦਾ 6 ਮਹੀਨੇ ਦਾ ਬੇਟਾ ਹੈ। ਆਂਧਰਾ ਪ੍ਰਦੇਸ਼ ਦੇ CM ਚੰਦਰਬਾਬੂ ਨਾਇਡੂ ਨੇ ਘਟਨਾ 'ਤੇ ਦੁੱਖ ਜਤਾਇਆ ਅਤੇ ਪਰਿਵਾਰ ਦੀ ਹਰ ਸੰਭਵ ਮਦਦ ਦਾ ਐਲਾਨ ਕੀਤਾ। ਨਸ਼ਿਆਂ ਤੇ ਸਖ਼ਤੀ ਦੇ ਬਾਵਜੂਦ ਸੂਬੇ 'ਚ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਨੇ। ਤਲਵੰਡੀ ਸਾਬੋ 'ਚ 4 ਭੈਣਾਂ ਦਾ ਇਕਲੌਤਾ ਭਰਾ ਨਸ਼ੇ ਦੀ ਭੇਟ ਚੜ ਗਿਆ। 22 ਸਾਲਾ ਨੌਜਵਾਨ ਲਖਵਿੰਦਰ ਸਿੰਘ ਨਸ਼ੇ ਦਾ ਆਦੀ ਸੀ ਅਤੇ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਪਿੰਡ 'ਚ ਸ਼ਰੇਆਮ ਨਸ਼ਾ ਵਿਕਦਾ। ਪੁਲਿਸ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਪਰ 2 ਦਿਨਾਂ ਬਾਅਦ ਹੀ ਤਸਕਰ ਗ੍ਰਿਫਤਾਰੀ ਤੋਂ ਬਾਅਦ ਬਾਹਰ ਆ ਜਾਂਦਾ। ਫਰੀਦਾਬਾਦ ਦੇ ਜੀਵਨ ਨਗਰ 'ਚ ਹੋਈ ਬਰਸਾਤ ਕਰਕੇ 2 ਮੰਜ਼ਿਲਾ ਇਮਾਰਤ ਦਾ ਛੱਜਾ ਡਿੱਗ ਗਿਆ ਜਿਸ ਕਰਕੇ ਗਰਭਵਤੀ ਮਹਿਲਾ ਸਮੇਤ ਕੁੱਲ 4 ਲੋਕ ਜ਼ਖਮੀ ਹੋ ਗਏ ਜੋ ਹਸਪਤਾਲ 'ਚ ਜ਼ੇਰੇ ਇਲਾਜ ਨੇ। ਕਿਰਾਏ ਦੇ ਮਕਾਨ 'ਚ ਪਰਿਵਾਰ ਰਹਿੰਦਾ ਸੀ। 8 ਮਹੀਨੇ ਦੀ ਗਰਭਵਤੀ ਮਹਿਲਾ ਆਪਣੇ ਪਤੀ ਨਾਲ ਨੋਇਡਾ ਤੋਂ ਕੱਲ੍ਹ ਹੀ ਆਪਣੇ ਮਾਤਾ ਪਿਤਾ ਨੂੰ ਮਿਲਣ ਆਈ ਸੀ। ਛੱਜਾ ਡਿੱਗਣ ਨਾਲ ਦੋਵੇਂ ਪਤੀ ਪਤਨੀ ਸਮੇਤ ਗਰਭਵਤੀ ਮਹਿਲਾ ਅਤੇ 14 ਸਾਲ ਦੀ ਬੇਟੀ ਵੀ ਜ਼ਖਮੀ। ਦਿੱਲੀ 'ਚ ਬੇਟੇ ਦੀ ਇੱਛਾ 'ਚ ਇੱਕ ਪਿਤਾ ਹੈਵਾਨ ਬਣ ਗਿਆ। ਨਵਜੰਮੀਆਂ ਜੁੜਵਾ ਧੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਬੱਚਿਆਂ ਦੀਆਂ ਲਾਸ਼ਾਂ ਕਬਰ 'ਚ ਦਫਨਾ ਦਿੱਤੀਆਂ। ਮਾਂ ਨੂੰ ਇਲਾਜ ਤੋਂ ਬਾਅਦ ਹੋਸ਼ ਆਈ ਤਾਂ ਉਸਨੇ ਆਪਣੇ ਬੱਚਿਆਂ ਬਾਅਦ ਦਾ ਹਾਲ ਚਾਲ ਪੁੱਛਿਆ। ਪਹਿਲਾਂ ਤਾਂ ਉਸਨੇ ਆਪਣੀ ਪਤੀ ਨੂੰ ਝੂਠ ਬੋਲਿਆ ਕਿ ਦੋਨੇ ਬੱਚੀਆਂ ਬਿਮਾਰੀ ਕਰਕੇ ਮਰ ਗਈਆਂ। ਮਾਂ ਅਤੇ ਉਸਦੇ ਪੇਕੇ ਪਰਿਵਾਰ ਨੂੰ ਇਸ 'ਤੇ ਸ਼ੱਕ ਹੋਇਆ। ਉਸਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਸ਼ਿਕਾਇਤ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਹਰਕਤ 'ਚ ਆਈ। ਅਦਾਲਤ ਤੋਂ ਮਨਜ਼ੂਰੀ ਲੈ ਕੇ ਬੱਚੀਆਂ ਦੀਆਂ ਲਾਸ਼ਾਂ ਨੂੰ ਕਬਰ 'ਚੋਂ ਬਾਹਰ ਕੱਢਿਆ। ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ 'ਚੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ 2
ਜਿੱਥੋਂ ਦੇ ਥਰੂਰ ਇਲਾਕੇ ਦੇ ਵਿੱਚ ਚੋਰ ATM ਮਸ਼ੀਨ ਤੋੜ ਕੇ ਆਪਣੇ ਨਾਲ ਲੈ ਗਏ। ਦੋ ਚੋਰ ਪੂਰੀ ਤਿਆਰੀ ਨਾਲ ਰੱਸੀ ਨਾਲ ATM 'ਚ ਦਾਖਲ ਹੋਏ। ਮੋਟੀ ਰੱਸੀ ਦਾ ਇੱਕ ਹਿੱਸਾ ATM ਨਾਲ ਬੰਨਿਆ, ਦੂਜਾ ਹਿੱਸਾ ਕਾਰ ਨਾਲ ਅਤੇ ਕਾਰ ਚਲਾ ਕੇ ਤੇਜ਼ੀ ਨਾਲ ਝਟਕੇ ਨਾਲ ATM ਮਸ਼ੀਨ ਉਖਾੜ ਦਿੱਤੀ। ਕਾਰ 'ਚ ਰੱਖ ਕੇ ਇਹ ਮਸ਼ੀਨ ਚੋਰ ਉੱਥੋਂ ਫਰਾਰ ਹੋ ਗਿਆ। ਗੁਜਰਾਤ ਦੇ ਕੱਛ 'ਚ ਨੌਜਵਾਨਾਂ ਨੂੰ ਸਟੰਟਬਾਜ਼ੀ ਕਰਨੀ ਮਹਿੰਗੀ ਪੈ ਗਈ। ਸਟੰਟ ਕਰਨ ਲਈ ਜਾਂਦੀਆਂ ਦੋ ਥਾਰ ਗੱਡੀਆਂ ਸਮੁੰਦਰ ਦੇ ਪਾਣੀ 'ਚ ਫਸ ਗਈਆਂ, ਜਿੱਥੇ ਇਹਨਾਂ ਦੀਆਂ ਗੱਡੀਆਂ ਬੰਦ ਹੋ ਗਈਆਂ। ਭਦਰੇਸ਼ਵਰ ਨੇੜੇ ਰਾਧਾ ਬੰਦਰ ਕੋਲ ਇਹ ਨੌਜਵਾਨ ਪਾਣੀ 'ਚ ਗਏ, ਜਿੱਥੇ ਗੱਡੀ ਬੰਦ ਹੋਣ 'ਤੇ ਸਥਾਨਕ ਲੋਕਾਂ ਨੇ ਇਹਨਾਂ ਨੂੰ ਟਰੈਕਟਰ ਦੀ ਮਦਦ ਨਾਲ ਬਾਹਰ ਕੱਢਿਆ। ਉੱਥੇ ਹੀ ਦੋਨੋਂ ਸਟੰਟ ਚਾਲਕਾਂ ਖਿਲਾਫ਼ ਮਾਮਲਾ ਦਰਜ ਹੋ ਗਿਆ ਅਤੇ ਕਾਰਾਂ ਨੂੰ ਕਬਜ਼ੇ 'ਚ ਲੈ ਲਿਆ। ਅੰਮ੍ਰਿਤਸਰ ਦੀ CIA ਸਟਾਫ ਪੁਲਿਸ ਵੱਲੋਂ ਨਸ਼ੇ ਅਤੇ ਜ਼ਿੰਦਾ ਕਾਰਤੂਸ ਸਮੇਤ 3 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਇਹਨਾਂ ਪਾਸੋਂ 6 ਪਿਸਤੌਲ, 10 ਮੈਗਜ਼ੀਨ ਹੈਰੋਇਨ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਹੋਏ। ਮੁੱਢਲੀ ਜਾਣਕਾਰੀ ਸਾਹਮਣੇ ਆਇਆ ਕਿ 3 ਮੁਲਜ਼ਮ ਲੰਮੇ ਸਮੇਂ ਤੋਂ ਬਾਰਡਰ ਤੋਂ ਅਸਲੇ ਅਤੇ ਨਸ਼ੇ ਦੀ ਸਪਲਾਈ ਕਰਦੇ ਨੇ। ਤਿੰਨਾਂ ਨੂੰ ਅਦਾਲਤ 'ਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ। ਯਮੁਨਾਨਗਰ ਦੇ ਪਿੰਡ ਹੜੌਲੀ 'ਚ ਕਈ ਮਹੀਨਿਆਂ ਤੋਂ ਬੰਦ ਪਈ ਪਲਾਈਵੁੱਡ ਫੈਕਟਰੀ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਅਤੇ ਉੱਥੋਂ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਰਾਤ 12 ਵਜੇ ਦੇ ਕਰੀਬ 5 ਨਕਾਬਪੋਸ਼ ਫੈਕਟਰੀ 'ਚ ਆਏ ਚੌਕੀਦਾਰਾਂ ਨੂੰ ਬੰਧਕ ਬਣਾ ਕੇ ਉਹਨਾਂ ਨਾਲ ਕੁੱਟਮਾਰ ਕੀਤੀ। ਉਹਨਾਂ ਦੇ ਮੋਬਾਈਲ ਸਮੇਤ ਟਰਾਂਸਫਾਰਮਰ 'ਤੇ ਲੱਗਿਆ ਤਾਂਬਾ ਅਤੇ ਹੋਰ ਸਮਾਨ ਉੱਥੋਂ ਚੱਕ ਕੇ ਨਾਲ CCTV ਦੀ DVR ਵੀ ਲੈ ਗਏ।